ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਇਹ ਤਸਵੀਰਾਂ ਨੇ ਤਰਨ ਤਾਰਨ ਦੇ ਇਤਿਹਾਸਿਕ ਪਿੰਡ ਪਉਵਿੰਡ ਤੋਂ ਕੱਢੇ ਗਏ ਨਗਰ ਕੀਰਤਨ ਦੀਆਂ, ਜਿੱਥੇ ਨਗਰ ਕੀਰਤਨ ਦੌਰਾਨ ਜ਼ਬਰਦਸਤ ਧਮਾਕਾ ਹੋ ਗਿਆ। ਨਗਰ ਕੀਰਤਨ ਦੌਰਾਨ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਟਨ ਭਾਰੀ ਟਰਾਲੀ ਦੇ ਦੋ ਟੋਟੇ ਹੋ ਗਏ, ਜਿਸ ਦਾ ਅੰਦਾਜ਼ਾ ਤੁਸੀਂ ਤਸਵੀਰਾਂ 'ਚ ਦਿਖਾਈ ਦੇ ਰਹੇ ਟਰਾਲੀ ਦਿਆਂ ਟੁਕੜਿਆਂ ਤੋਂ ਲਗਾ ਸਕਦੇ ਹੋ। ਉੱਧਰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਈ ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੌਕੇ 'ਤੇ ਪਹੁੰਚੇ SSP ਧਰੂਵ ਦਹੀਆ ਨੇ 15 ਸ਼ਰਧਾਲੂਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਤੁਸੀਂ ਇਸ ਧਮਾਕੇ ਦੀਆਂ ਨਿਡਰਵਾਜ ਵੈੱਬ TV 'ਤੇ ਲਾਈਵ ਤਸਵੀਰਾਂ ਦੇਖ ਸਕਦੇ ਹੋ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੌਕੇ 'ਤੇ ਹਾਲਾਤ ਕਿੰਨੇ ਨਾਜ਼ੁਕ ਹੋ ਗਏ। ਸੁਭਾਸ਼ਪੁਰ ਰੁਕੇ ਸਾਡੇ ਕੋਲ ਜੇ ਲੰਗਰ ਪਾਣੀ ਛੱਕ ਆਏ ਆ ਅਤੇ ਹਵਾਈਆਂ ਗੋਲੇ ਚਲਾਉਂਦੇ ਆਉਣ ਡਿਆ ਅਤੇ ਇੱਕ ਤਾਂ ਗੰਧਕ ਪਟਾਸ ਕੁਛ ਟਰਾਲੀ ਪਿਆ ਸਮਾਨ ਸਾਰੇ ਨੂੰ ਅੱਗ ਲੱਗ ਗਈ ਆ ਅਤੇ ਉਹ ਚੱਲ ਗਿਆ ਸਾਰਾ। ਇਹਦੇ ਵਿੱਚ ਜੀ ਕੋਈ 7-10 ਦਾ, ਕੋਈ 10-10 ਦਾ ਵਾ, ਕੁਛ ਫੱਟੜ ਹੋਏ ਆ। ਇਹ ਹੁਣ ਕਲੀਅਰ ਹੋਊਗਾ ਹਸਪਤਾਲੋਂ ਜਾ ਕੇ। ਇੱਕ ਤਾਂ ਆਵੇ ਬੱਚਾ ਲੱਭਾ ਵਾ, ਇਹਦੇ ਅੰਗ ਲੱਭਾ ਵਾ, ਕਿਸੇ ਦੇ ਬਾਂਹ ਲੱਭੀ, ਕਿਸੇ ਲੱਤ ਲੱਭਦੀ ਆ। ਬਹੁਤ ਜ਼ਿਆਦਾ ਖਤਰਨਾਕ ਹੋਇਆ ਜੀ ਟਰਾਲੀ, ਵੇਖੋ ਚੀਗੜੇ ਚੀਗੜੇ ਉੱਡ ਗਏ ਟਰਾਲੀ ਦੇ। ਬਾਬੇ ਦੀਪ ਸਿੰਘ ਦੇ ਸੰਬੰਧ 'ਚ ਬਾਬੇ ਭਾਈ ਗੁਰਗੋਪਾਲ ਸਿੰਘ ਹੋਣੀ ਨਾ, ਉਹ ਪਉਵਿੰਡ ਸਾਹਿਬ ਤੋਂ ਹਰ ਵਾਰੀ ਲਿਆਉਂਦੇ ਆ, ਹਰ ਸਾਲ ਆਉਂਦਾ ਜੀ ਆਪਣੇ ਕੋਲ ਸ਼ਿਵਾਜਪੁਰ ਰੁਕਦਾ, ਸਾਡੇ ਕੋਲ ਲੰਗਰ ਪਾਣੀ ਛੱਕ ਕੇ ਆਏ ਆ। ਟਰਾਲੀ ਜੀ 8-10-12 ਤੋਂ ਵਿੱਚ ਹੀ ਆ ਜ਼ਖਮੀ ਜੀ। ਵੇਖੋ ਜੀ ਆ ਦੋ ਦਿਨਾਂ ਦੇ ਰੰਗ ਇੱਥੇ ਪਏ, ਕੁਛ ਪਹਿਲਾਂ ਦਵਾ ਦਵ ਲੈ ਗਏ ਆ ਇਕੱਠੇ ਕਰਕੇ, ਗੱਡੀ 'ਚ ਪਾ ਗਏ ਉਹਨਾਂ 'ਚ, ਵੇਖੋ ਕੀ ਗਾੜੀ ਆ। ਅੰਮ੍ਰਿਤਸਰ ਤਰਨ ਤੋਂ ਜਵਾਬ ਹੋ ਗਿਆ ਉਹਨਾਂ ਨੂੰ, ਨਹੀਂ ਅਸਤਬਾਜ਼ੀ ਨਹੀਂ ਚਲਾਉਣੀ ਚਾਹੀਦੀ, ਇਹ ਬਿਲਕੁਲ ਬੰਦ ਚਾਹੀਦੀ ਸੰਗਤ 'ਚ। ਅੱਜ ਉਹ ਹੋਇਆ ਵਾ ਆਹ ਬੱਚਾ ਕੀਤਾ, ਇਕੱਲਾ ਕਿਸੇ ਦਾ, ਕਿਸੇ ਦਾ ਇੱਕ ਇੱਕ ਬੱਚੇ ਤਾਂ ਉਹਨੂੰ ਇੱਕੋ ਹੀ ਕੀਮਤੀ ਆ। ਨਹੀਂ ਅਸਤਬਾਜ਼ੀ ਚੱਲਣੀ ਚਾਹੀਦੀ, ਬੰਦ ਹੋਣੀ ਚਾਹੀਦੀ, ਸਾਨੂੰ ਸਰਕਾਰ ਨੂੰ ਧਿਆਨ ਦੇ। ਤਾਂ ਜਿਹੜੀ ਗੱਲ ਸਾਹਮਣੇ ਆਈ ਹੈ, ਜਿਹੜੇ ਆਈ ਵਿਟਨੈਸਿਸ ਵੀ ਉੱਥੇ ਮੌਕੇ 'ਤੇ ਸੀ ਅਤੇ ਉਹਨਾਂ ਦੇ ਮੁਤਾਬਕ ਇਹ ਮੁੰਡੇ ਕੁਛ ਪਟਾਕੇ ਟਾਈਪ ਵਜਾ ਰਹੇ ਸੀ ਆਪਣੀ ਟਰੈਕਟਰ ਟਰੋਲੀ ਦੇ ਵਿੱਚ, ਜਿਸ ਕਰਕੇ ਐਕਸੀਡੈਂਟਲੀ ਉੱਥੇ ਜਿਹੜਾ ਬਾਰੂਦ ਉਹਦੇ ਵਿੱਚ ਸੀਗਾ ਉਸ ਦੇ ਨਾਲ ਐਕਸੀਡੈਂਟਲ ਉਹਨਾਂ ਦਾ ਐਕਸਪਲੋਜ਼ਨ ਹੋ ਗਿਆ ਅਤੇ ਤਕਰੀਬਨ ਮੌਕੇ ਦੇ ਮੁਤਾਬਕ ਅਰਾਊਂਡ 14-15 ਮੁੰਡੇ ਸੀ ਜਿਨ੍ਹਾਂ ਦੀ ਸਾਰਿਆਂ ਦੀ ਆਈ ਥਿੰਕ ਡੈਥ ਹੋ ਗਈ ਹੈ ਔਰ ਉਹਨਾਂ ਦੇ ਬਾਡੀ ਪਾਰਟਸ ਜਿਹੜੇ ਹੈ ਅਸੀਂ ਰਿਕਵਰ ਕਰ ਰਹੇ ਹਾਂ। ਉਸ ਤੋਂ ਇਲਾਵਾ 3-4 ਇੰਡੀਵਿਜੁਅਲਸ ਹੈ ਉਹਨਾਂ ਨੂੰ ਅਸੀਂ ਹੋਸਪਿਟਲ ਐਡਮਿਟ ਕਰਾਤਾ ਹੈ। ਹਜੇ ਮੈਂ ਬਿਲਕੁਲ ਕਨਫਰਮ ਫਿਗਰ ਨਹੀਂ ਦੱਸ ਸਕਦਾ ਪਰ ਆਈ ਵਿਟਨੈਸਿਸ ਦੇ ਮੁਤਾਬਕ ਔਰ ਜੋ ਅਸੀਂ ਬੋਡੀਜ਼ ਰਿਕਵਰ ਕਰ ਰਹੇ ਹੈ ਤਾਂ ਤਕਰੀਬਨ 14-15 ਇੰਡੀਵਿਜੁਅਲਸ ਦੀ ਡੈਥ ਹੋਣ ਦੇ ਮਤਲਬ ਚਾਂਸਿਸ ਹੈ, ਅਰਾਊਂਡ 14-15। ਜ਼ਖਮੀ ਅਸੀਂ 4 ਹੈਗੇ, 4 ਇੰਡੀਵਿਜੁਅਲਸ, ਇਹਨਾਂ ਨੂੰ ਅਸੀਂ ਹੋਸਪਿਟਲ ਦੇ ਵਿੱਚ ਭਰਤੀ ਕਰਵਾਇਆ ਪਰ ਇਹ ਵੀ ਬੜੇ ਇਸ ਵੇਲੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ। ਤਾਂ ਜਿਹੜੇ ਆਈ ਵਿਟਨੈਸਿਸ ਹੈ ਜਿਹੜੇ ਸੇਵਾ ਵੀ ਕਰ ਰਹੇ ਸੀ ਅਤੇ ਉਹਨਾਂ ਦੇ ਮੁਤਾਬਕ ਜਦੋਂ ਇਹ ਪਟਾਕੇ ਵਜਾਉਂਦੇ ਸੀ ਤਾਂ ਜਿਹੜਾ ਬਾਰੂਦ ਟਰੋਲੀ ਦੇ ਵਿੱਚ ਸੀ ਉਹ ਬਾਰੂਦ ਦੇ ਨਾਲ ਇਹਨਾਂ ਦਾ ਕੁਛ ਐਕਸੀਡੈਂਟਲ ਕੋਈ ਉਹ ਹੋ ਗਿਆ, ਕੋਈ ਅੱਗ ਉੱਗ ਲੱਗਣ ਕਰਕੇ ਉਹ ਪੂਰਾ ਬਾਰੂਦ ਤੋਂ ਪੂਰਾ ਉਹ ਜਿਹੜਾ ਟਰੋਲੀ ਸੀ ਉਹ ਬਲਾ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।